अज अं थानू लेके चल रहे हैं लायलपुर स्वीट्स लुधियाना, जो कि मॉडल टाउन रोड लुधियाना विखे स्थित है। लायलपुर स्वीट अपने एरिया दे विच एक जानिया मानिया ब्रांड है। इत्थे दूरों दूरों लोग मिठाइयां खरीदन लई आंदे ने। बहुत ही शानदार, बहुत ही स्वादलियां मिठाइयां बहुत ही वाजिब दामां दे उपर उपलब्ध ने। सारी टीम ने इत्थों दे ओनर नाल गलबात कीती। सारी टीम ने इत्थे मिठाइयां खरीदन आए ग्राहकां नाल भी गलबात कीती, जिन्हां ने लायलपुर स्वीट्स दी बहुत तारीफ कीती। आओ चलदे हां लायलपुर स्वीट्स मॉडल टाउन लुधियाना। नमकीन जो स्नैक्स वगैरह पैटी वगैरह हो गए या सैंडविच वगैरह हो गए ये तो चलते ही है, लेकिन असी कुछ हट के कई चीज़ें इदा दी जानी कि रोज जिदा कि पिछले असी
ਬਲੈਕ ਚਨੇ ਕੁਲਚਾ ਬਣਾਇਆ ਗ੍ਰਿਲ ਯਾਨੀ ਗ੍ਰਿਲ ਚੱਲਿਆ ਆਮ ਤੁਸੀਂ ਦੇਖਿਆ ਹੈਗਾ ਤੁਹਾਨੂੰ ਵਾਈਟ ਚਨੇ ਦੇ ਵਿੱਚ ਸਾਰਾ ਮਿਲਿਆ ਹੋਏਗਾ ਵਾਈਟ ਚਨਾ ਜਾਂ ਮਟਰ ਦੇ ਵਿੱਚ ਲੇਕਿਨ ਅਸੀਂ ਬਲੈਕ ਚਨੇ ਜਿਹੜੇ ਹੈਗੇ ਆ ਉਹ ਹੈਲਦੀ ਵਾਈਜ਼ ਬਹੁਤ ਅੱਛੇ ਆ ਜਿਹੜੇ ਚਿੱਟੇ ਚਨੇ ਹੈ ਸਫੇਦ ਚਨੇ ਜਿਹੜੇ ਜਿਹਨੂੰ ਕਹਿੰਦੇ ਆਪਾਂ ਉਹ ਥੋੜ੍ਹੇ ਜਿਹੇ ਵਾਈਟ ਵੱਧ ਹੀ ਹੁੰਦੇ ਜਿਹੜੇ ਬਲੈਕ ਚਨੇ ਆ ਜਿਮ ਵਾਲੇ ਵੀ ਕਹਿੰਦੇ ਆ ਬਲੈਕ ਚਨੇ ਖਾਓ ਡਾਕਟਰ ਵੀ ਕਹਿੰਦੇ ਆ ਵੀ ਬਲੈਕ ਚਨੇ ਖਾਓ ਉਹਦੇ 'ਚ ਆਇਰਨ ਹੈ ਅਤੇ ਇਸ ਕਰਕੇ ਅਸੀਂ ਇੱਕ ਨਵਾਂ ਜਾਣੀ ਕਿ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਆ ਇੱਕ ਅਸੀਂ ਆਹ ਸ਼ੁਰੂ ਕੀਤਾ ਹੈ ਇੱਕ ਅਸੀਂ ਪਾਲਕ ਵੈਜੀਟੇਬਲ ਸਮੋਸਾ ਸ਼ੁਰੂ ਕੀਤਾ ਹੈ ਜਿਹੜਾ ਕਿ ਜਿੱਦਾਂ ਆਪਾਂ ਆਲੂ ਤਾਂ ਪੈਂਦੇ ਹੀ ਆ ਸਮੋਸੇ ਦੇ ਵਿੱਚ ਸ਼ੁਰੂ ਤੋਂ ਚੱਲਦਾ ਆ ਰਿਹਾ ਸਦੀਆਂ ਕੋਈ ਅਤੇ ਆਲੂ ਅਸੀਂ ਉਹਦੀ ਤਰਨ ਦੇ ਉੱਪਰ ਹੀ ਜਾਣੀ ਕਿ ਪਾਲਕ ਜਿਹੜਾ ਹੈਗਾ ਉਹਦੀ ਹੈਲਥ ਵਾਸਤੇ ਬਹੁਤ ਵਧੀਆ ਹੈ ਨਾਲ ਵਿੱਚ ਉਹਦੇ ਸਬਜ਼ੀਆਂ ਅਸੀਂ ਪਾਈ ਹੋਈਆਂ ਗੋਭੀ ਵਗੈਰਾ ਪਾ ਕੇ ਨਾਲ ਵੀ ਪਾਤਾ ਯਾਨੀ ਉਹਦੇ 'ਚ ਅਸੀਂ ਜਿਹੜੇ ਮਸਾਲੇ ਆ ਨਾ ਯਾਨੀ ਕਿ ਉਹਨੂੰ ਇੱਦਾਂ ਦੇ ਯਾਨੀ ਕਿ ਕਾਲੀ ਮਿਰਚ ਹੋ ਗਈ ਅਤੇ ਸਹਿੰਦਾ ਨਮਕ ਉਹ ਚੀਜ਼ਾਂ ਪਾ ਕੇ ਬਣਾਇਆ ਜਿਹੜਾ ਕਿ ਹੈਲਥ ਨੂੰ ਬਹੁਤ ਵਧੀਆ ਹੈਲਥ ਨੂੰ ਹੈ ਕਾਮਯਾਬ ਰੱਖੇ ਨਾਲ ਅਸੀਂ ਪਾਲਕ ਪਾਇਆ ਹੋਇਆ ਅਸੀਂ ਇੱਦਾਂ ਦੀਆਂ ਚੀਜ਼ਾਂ ਡਿਵੈਲਪ ਕਰਦੇ ਹਾਂ ਅਤੇ ਸਨੈਕਸ ਦੇ ਵਿੱਚ ਵੀ ਨਵੀਂ ਨਵੀਂ ਚੀਜ਼ਾਂ ਯਾਨੀ ਕਿ ਬਣਾਉਂਦੇ ਹਾਂ ਤਾਂ ਕਿ ਸਾਡਾ ਜਿਹੜਾ ਲੋਕਾਂ ਨੂੰ ਨਵਾਂ ਨਵਾਂ ਟੇਸਟ ਮਿਲਦਾ ਰਹੇ ਦਰਸ਼ਕ ਆਪਾਂ ਖੜੇ ਹੋਏ ਹਾਂ ਲਾਲਪੁਰ ਸਵੀਟਸ ਦੇ ਰਾਖਰ ਬੰਦਾ ਜੀ ਦੇ ਨਾਲ ਕਪਿਲ ਜੀ ਦੇ ਨਾਲ ਔਰ ਦੇਖ ਰਹੇ ਹਾਂ ਕਿ ਦੀਵਾਲੀ ਦਾ ਜਿਹੜਾ ਹੈਗਾ ਤਿਉਹਾਰ ਆਉਣ ਵਾਲਾ ਹੈਗਾ ਔਰ ਇਹਨਾਂ ਕੋਲ ਪੂਰੀ ਤਿਆਰੀ ਹੈਗੀ ਆ ਰਾਖਰ ਬੰਦਾ ਜੀ ਇਹ ਆਮ ਬੰਦੇ ਦੇ ਲਈ ਵੀ ਇੱਕ ਵੀਡੀਓ ਕੋਰ ਦੇ ਲਈ ਵੀ ਤਗੜੇ ਬੰਦਾ ਦੇ ਲਈ ਵੀ ਤਗੜੇ ਬੰਦਾ ਦੇ ਲਈ ਵੀ ਇੱਕ ਸ਼ੌਪ ਐਸੀ ਸ਼ੌਪ ਆ ਜਿਹੜੀ ਕਿ ਆਮ ਲੋਕਾਂ ਦੀ ਸ਼ੌਪ ਵੀ ਆ ਔਰ ਜਿਹੜੇ ਰੈਸਟੋਰੈਂਟ ਆ ਉਹ ਵੀ ਆਉਂਦੇ ਨੇ ਅਸੀਂ ਸਾਡੀ ਸੋਚ ਇਹ ਹੈ ਵੀ ਸਾਡੇ ਕੋਲ ਇੱਕ ਬੰਦਾ 5 ਰੁਪਏ ਦੀ ਦਹੀਂ ਲੈਣ ਆਉਂਦਾ ਉਹ ਵੀ ਸਾਡੇ ਕੋਲ ਆਵੇ ਉਹਦਾ ਵੀ ਅਸੀਂ ਸਤਿਕਾਰ ਉੱਦਾਂ ਹੀ ਕਰਦੇ ਹਾਂ ਅਤੇ ਚਾਹੇ ਸਾਡੇ ਕੋਲ ਲੱਖ ਰੁਪਏ ਦਾ ਸਮਾਨ ਲੈਣਾ ਅਸੀਂ ਉਹਦਾ ਵੀ ਅਸੀਂ ਸਤਿਕਾਰ ਕਰਦੇ ਹਾਂ ਇਹ ਸਾਡੀ ਇੱਕ ਦੁਕਾਨਦਾਰੀ ਦਾ ਅਸੂਲ ਹੈ ਬਾਕੀ ਸਾਡੇ ਕੋਲ ਵਰਾਇਟੀ ਜਿਹੜੀ ਹੈ ਅਸੀਂ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਵਾਸਤੇ ਰੱਖੇ ਨੇ ਪੈਕਿੰਗ ਦੇਖੀ ਹੈ ਸਾਡੀ ਅੱਜ ਕੱਲ੍ਹ ਜਦੋਂ ਅਸੀਂ ਨਵੀਂ ਪੈਕਿੰਗ ਸ਼ੁਰੂ ਕੀਤੀ ਹੈ ਤੁਸੀਂ ਦੇਖਿਆ ਹੋਊਗਾ ਡੱਬੇ ਜਿਹੜੇ ਹੈਗੇ ਆ ਉਹਦਾ ਵੀ ਲੁੱਕ ਇੱਦਾਂ ਵੀ ਹੈ ਯਾਨੀ ਕਿ ਇਟਾਲੀਅਨ ਲੁੱਕ ਜਿਹੜੀ ਦਿੰਦੇ ਆ ਜਿੱਦਾਂ ਆਪਾਂ ਘਰ ਇਟਾਲੀਅਨ ਪੱਥਰ ਲਗਾਉਂਦੇ ਹਾਂ ਇੱਦਾਂ ਦੀ ਲੁੱਕ ਦੇ ਰਹੇ ਆ ਡੱਬੇ ਜਿਹੜੇ ਪਏ ਹੋਏ ਉੱਦਾਂ ਹੀ ਅਸੀਂ ਉਹਦੇ ਵਿੱਚ ਜਿਹੜਾ ਮਾਲ ਹੈ ਉਹ ਵੀ ਜਿਹੜੇ ਆਮ ਤੱਕ ਤੁਸੀਂ ਦੇਖਿਆ ਹੋਏਗਾ ਪਲਾਸਟਿਕ ਦੇ ਜਾਰਾਂ ਦੇ ਵਿੱਚ ਮਾਲ ਪਾਉਂਦੇ ਸੀ ਹੁਣ ਜਿਹੜੇ ਜਾਰ ਹੈ ਬੜੇ ਫੈਂਸੀ ਜਾਰ ਨੇ ਉਹਦੇ 'ਚ ਪਾਇਆ ਹੋਇਆ ਉਹਨੂੰ ਬੜਾ ਅਸੀਂ ਡੱਬੇ ਨੂੰ ਬੜਾ ਹਾਈਲਾਈਟ ਕਰਕੇ ਬੜਾ ਉਹਨੂੰ ਗੁੱਲ ਦੇ ਨਾਲ ਸਜਾ ਕੇ ਆਪਣੇ ਜਾਣੀ ਕਿ ਵਧੀਆ ਢੰਗ ਨਾਲ ਲਾਇਆ ਉਹਦੇ 'ਚ ਅਸੀਂ ਡਰਾਈ ਫਰੂਟ ਵੀ ਪਾਇਆ ਫਲੇਵਰ ਬਦਾਮ ਗਿਰੀ ਫਲੇਵਰ ਡੈਜਸ ਵਗੈਰਾ ਉਹ ਅਸੀਂ ਪਾਏ ਨੇ ਪਲੱਸ ਅਸੀਂ ਵਿੱਚ ਨਾਲ ਮਿਠਾਈ ਐਡ ਕੀਤੀ ਹੈ ਕਈ ਕਈ ਸਾਡੇ ਕੋਲ ਇੱਦਾਂ ਦੇ ਨੇ ਜਿਹੜੇ ਕਿ ਉਹਦੇ 'ਚ ਮਿਠਾਈ ਵੀ ਹੈ ਅਤੇ ਡਰਾਈ ਫਰੂਟ ਵੀ ਹੈ ਗਾਹਕ ਦੀ ਡਿਮਾਂਡ ਹੁੰਦੀ ਹੈ ਵੀ ਸਾਨੂੰ ਇੱਕ ਡੱਬਾ ਇੱਦਾਂ ਦਾ ਦਿਓ ਇੱਕ ਹੈਂਪਰ ਜਾਂ ਇੱਕ ਬਾਸਕਟ ਇੱਦਾਂ ਦੀ ਜਿਹ 'ਚ ਇੱਕ ਵਰਾਇਟੀ ਸੀ ਇੱਕ 'ਚ ਸਾਰੀ ਵਰਾਇਟੀ ਆ ਅਸੀਂ ਉਹ ਵੀ ਤਿਆਰ ਕਰ ਦਿੱਤੀ ਹੈ ਯਾਨੀ ਜਿੱਦਾਂ ਦੀ ਗਾਹਕ ਦੀ ਡਿਮਾਂਡ ਹੈ ਉਹਦੇ ਹਿਸਾਬ ਨਾਲ ਜ਼ਮਾਨੇ ਦੇ ਨਾਲ ਨਾਲ ਉਸ ਹਿਸਾਬ ਨਾਲ ਚੱਲਦੇ ਰਹਿੰਦੇ ਸਰ ਸ਼ਹਿਦ ਦੀ ਗੱਲ ਕਰ ਲਈਏ ਗੁੜ ਦੀ ਗੱਲ ਕਰ ਲਈਏ ਨਵੀਆਂ ਨਵੀਆਂ ਚੀਜ਼ਾਂ ਨਵੀਂ ਨਵੀਂ ਵਰਾਇਟੀ ਨਵੇਂ ਨਵੇਂ ਕ੍ਰੀਏਸ਼ਨਸ ਔਰ ਸਭ ਤੋਂ ਵੱਡੀ ਗੱਲ ਤੁਹਾਡਾ ਬੇਟਾ ਜਿਹੜਾ ਕਿ ਇੱਕ ਐਸੀ ਕਨਸੈਪਟ ਲੈ ਕੇ ਆਉਂਦਾ ਕੈਨੇਡਾ ਦੇ ਅਮਰੀਕਾ ਦੇ ਔਰ ਐਨ ਆਰ ਆਈ ਵੀਰ ਜਿਵੇਂ ਤੁਹਾਡੇ ਨਾਲ ਜੁੜੇ ਹੋਏ ਨੇ ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਦੇ ਨਾਲ ਚੇਂਜਿਸ ਹੋ ਰਹੀਆਂ ਵਰਲਡ ਲੈਵਲ ਦੇ ਉਹ ਚੀਜ਼ਾਂ ਦੇਖਦਾ ਹੈਗਾ ਵਰਲਡ ਲੈਵਲ ਦੇ ਉਹ ਉਸੇ ਚੀਜ਼ਾਂ ਦੀ ਮਤਲਬ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਅੱਜਕੱਲ੍ਹ ਸਾਰੇ ਬੇਟੇ ਜਿਹੜੇ ਆ ਉਹੀ ਕੰਮ ਕਰਦੇ ਸੀ ਅਸੀਂ ਤਾਂ ਹੁਣ ਸਮਝੋ ਜਿਹੜੇ ਆਊਟ ਆਊਟ ਪਲੇਅਰ ਹੋ ਗਏ ਅਤੇ ਬੇਟੇ ਜਿਹੜੇ ਹੈਗੇ ਆ ਉਹ ਕੰਮ ਕਰ ਰਹੇ ਨੇ ਮੇਰੇ ਜ਼ਿੰਦਗੀ ਵਿੱਚ ਭਾਈ ਸਾਹਿਬ ਹੋ ਗਏ ਭਾਈ ਸਾਹਿਬ ਦੇ ਬੇਟੇ ਹੋ ਗਏ ਇੱਕ ਭਾਈ ਸਾਹਿਬ ਦਾ ਬੇਟਾ ਸਪੋਰਟ ਨੂੰ ਦੇਖ ਰਿਹਾ ਦੂਜਾ ਸ਼ੋਰੂਮ ਨੂੰ ਸ਼ਹਿਰ ਦਾ ਦੇਖ ਰਿਹਾ ਨਾਲ ਫੈਕਟਰੀ ਦੇਖ ਰਿਹਾ ਮੇਰਾ ਬੇਟਾ ਹੈਗਾ ਉਹ ਫੈਕਟਰੀ ਵੀ ਦੇਖ ਰਿਹਾ ਅਤੇ ਇਹ ਉਹਨਾਂ ਦੀ ਬਦੌਲਤ ਦੀ ਜਿਹੜੀ ਨਵੀਆਂ ਨਵੀਆਂ ਫੈਂਸੀ ਜਿਹੜੀਆਂ ਪੈਕਿੰਗਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਉਹ ਬੱਚੇ ਨਵੇਂ ਬੱਚੇ ਜਿਹੜੇ ਹੈਗੇ ਉਹੀ ਨਵੀਂ ਕ੍ਰੀਏਸ਼ਨ ਕਰ ਰਹੇ ਅਸੀਂ ਲੋਕ ਤਾਂ ਮਨੁਫੈਕਚਰਿੰਗ ਵਾਲੇ ਪਾਸੇ ਦੇਖ ਰਹੇ ਹਾਂ ਜਿਹੜੇ ਮਨੁਫੈਕਚਰਿੰਗ ਉਹ ਵੀ ਦੇਖਦੇ ਨੇ ਪਰ ਜਿਹੜੀ ਪੈਕਿੰਗ ਜਿਹੜੀ ਹੈਗੀ ਆ ਉਹ ਅੱਜ ਕੱਲ੍ਹ ਦੇ ਬੱਚੇ ਜਿਹੜੇ ਹੈਗੇ ਆ ਉਹ ਵੀ ਦੇਖਦੇ ਨੇ ਜਿੱਦਾਂ ਪਿੱਛੇ ਅਸੀਂ ਬਾਹਰੋਂ ਮੈਂ ਉਹਨਾਂ ਨੇ ਮਿਠਾਈ ਲੈ ਕੇ ਆਉਂਦੇ ਉਹ ਇੱਥੇ ਵੇਚੀ ਅਸੀਂ ਚਲੋ ਇਹ ਕਰੋਨਾ ਕਾਲ 'ਚ ਆ ਗਏ ਉਹਨੂੰ ਅਸੀਂ ਦੁਬਾਰਾ ਨਹੀਂ ਮੰਗਾ ਸਕੇ ਵੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕਰਦੇ ਰਹਿੰਦੇ ਨੇ ਬੱਚੇ ਕਪਿਲ ਜੀ ਕਿੱਦਾਂ ਦੀ ਇਹ ਦੁੱਖਾਂ ਜਿਹੜੀਆਂ ਹੈਗੀਆਂ ਇਹ ਸਾਰਾ ਕੋਈ ਮਤਲਬ ਜਿਹੜਾ ਹੈਗਾ ਦੇਰ ਆਰ ਸੋ ਮੈਨੀ ਸ਼ੌਪ ਲੁਧਿਆਣਾ ਪਰ ਇਹੋ ਜਿਹੀ ਚੀਜ਼ਾਂ ਦੀ ਜਿਹੜੀ ਲੁਕਿੰਗ ਡਿਵਾਈਸ ਹੈਗੀ ਆ ਉਹਨਾਂ ਦੀ ਗ੍ਰੇਸਫੁਲਸ ਹੈਗੀ ਆ ਚਲੋ ਫਿਰ ਇਹਨੂੰ ਤੁਸੀਂ ਆਪ ਖੁਦ ਚੈੱਕ ਕਰਦੇ ਰਹਿੰਦੇ ਹੋ ਅਤੇ ਜੀ ਬੱਚੇ ਅੱਜ ਕੱਲ੍ਹ ਕਰ ਰਹੇ ਨੇ ਬੱਚਿਆਂ ਦਾ ਕੰਮ ਹੈਗਾ ਬਈ ਨਵੀਂ ਕ੍ਰੀਏਸ਼ਨ ਕਰਨਾ ਅੱਜ ਕੱਲ੍ਹ ਜਿੰਨੇ ਵੀ ਯੁਵਾ ਪੀੜ੍ਹੀ ਹੈ ਜਾਂ ਯੂਥ ਉਹ ਨਵੀਂ ਚੀਜ਼ ਮੰਗਦਾ ਅਤੇ ਯੂਥ ਤੋਂ ਹੀ ਸਾਰਾ ਜ਼ਮਾਨਾ ਚੱਲ ਰਿਹਾ ਆਉਣ ਵਾਲਾ ਅੱਗੋਂ ਜਿਹੜਾ ਭਵਿੱਖ ਹੈਗਾ ਉਹ ਯੂਥ ਦਾ ਹੀ ਹੈ ਬਾਕੀ ਅੱਜ ਦੀ ਡੇਟ ਦੇ ਵਿੱਚ ਲੋਕ ਬਾਹਰ ਵਾਲੇ ਪਾਸੇ ਜ਼ਿਆਦਾ ਜਾ ਰਹੇ ਨੇ ਤੁਸੀਂ ਨਵਾਂ ਯੂਥ ਜਿਹੜਾ ਹੈਗਾ ਆਪਾਂ ਦੇਖਦੇ ਹਾਂ ਵੀ ਕਿਤਾਬਾਂ 'ਚ ਵੀ ਪੜ੍ਹਦੇ ਹਾਂ ਜਾਂ ਨਿਊਜ਼ 'ਚ ਵੀ ਸੁਣਦੇ ਹਾਂ ਵੀ ਬੱਚੇ ਜਿਹੜੇ ਹੈਗੇ ਆ ਉਹ ਬਾਹਰ ਜਾ ਰਹੇ ਨੇ
ਅਤੇ ਪਰ ਸਾਡੇ ਬੱਚੇ ਕਹਿੰਦੇ ਅਸੀਂ ਇੰਡੀਆ 'ਚ ਰਹਿ ਕੇ ਇੱਥੋਂ ਅਸੀਂ ਸਮਾਨ ਆਪਣਾ ਬਾਹਰ ਭੇਜਾਂਗੇ ਅਤੇ ਅਸੀਂ ਇੱਥੇ ਬੈਠੇ ਅਸੀਂ ਜਿਹੜੀ ਹੈਗੀ ਕ੍ਰਿਸ਼ਨ ਕਰਾਂਗੇ ਉਹ ਤੁਸੀਂ ਚੀਜ਼ਾਂ ਕਈ ਚੀਜ਼ਾਂ ਇੱਦਾਂ ਦੀਆਂ ਉਹ ਕ੍ਰਿਸ਼ਨ ਮੰਗਾ ਲੈਂਦੇ ਹਾਂ ਉਹ ਉੱਥੇ ਭੇਜ ਦਿੰਦੇ ਹਾਂ ਜਿਹੜੀ ਇੱਦਾਂ ਦੀ ਚੀਜ਼ਾਂ ਅਸੀਂ ਜਿਹੜੀ ਕਰ ਲੈਂਦੇ ਬੱਚੇ ਅਸੀਂ ਬੱਚਿਆਂ ਨੂੰ ਵਾਚ ਕਰਦੇ ਰਹਿੰਦੇ ਹਾਂ ਵੀ ਦੇਖਦੇ ਰਹਿੰਦੇ ਹਾਂ ਬੱਚੇ ਕੰਮ ਕਰ ਰਹੇ ਨੇ ਸਹੀ ਕੰਮ ਕਰ ਰਹੇ ਨੇ ਜਿੱਥੇ ਕਿਤੇ ਕੋਈ ਫੈਕਟਰੀ ਮੈਨ 'ਚ ਉਹਨਾਂ ਦਾ ਪ੍ਰੋਬਲਮ ਆਉਂਦੀ ਹੈ ਅਸੀਂ ਕਰ ਦਿੰਦੇ ਹਾਂ ਅਸੀਂ ਜਿਹੜੀ ਹੁਣ ਜਾਣੀ ਕਿ ਹੁਣ ਅਸੀਂ ਆਪਣੀ ਲੈਬ ਲਾਈ ਹੋਈ ਹੈ ਸਾਡਾ ਕੋਈ ਵੀ ਮਟੀਰੀਅਲ ਸਾਡੇ ਕੋਈ ਵੀ ਫੈਕਟਰੀ ਵਾਸਤੇ ਕੋਈ ਵੀ ਮਟੀਰੀਅਲ ਆਉਣਾ ਜਿੱਦਾਂ ਵੀ ਆਪਾਂ ਚੀਨੀ ਆ ਗਈ ਬੇਸਣ ਆ ਗਿਆ ਕੋਈ ਵੀ ਰਾਹ ਮਟੀਰੀਅਲ ਆਉਣਾ ਸਾਡੀ ਇੱਕ ਲੈਬ ਬਣੀ ਉੱਥੋਂ ਪੂਰਾ ਚੈੱਕ ਹੋ ਕੇ ਜਿਹੜਾ ਮਤਲਬ ਜਿਹੜੀ ਇਹ ਬੱਚਿਆਂ ਨੇ ਜਿਹੜੇ ਕੀਤਾ ਹੋਇਆ ਸਾਰਾ ਵੀ ਅਸੀਂ ਗਲਾ ਕੰਮ ਕਰਨਾ ਇੱਕ ਗ੍ਰੈਂਡ ਲੈਵਲ 'ਤੇ ਜੇ ਕੰਮ ਕਰਨਾ ਤਾਂ ਉਹ ਇੱਦਾਂ ਹੀ ਹੋਣਾ ਅਤੇ ਲੈਬ 'ਤੇ ਵੀ ਤੁਹਾਨੂੰ ਪਤਾ ਹੀ ਹੈ ਕਿ ਲੈਬ ਦੇ ਉੱਪਰ ਕਿੰਨੇ ਪੈਸੇ ਲੱਗ ਜਾਂਦੇ ਨੇ ਜਿਹੜੇ ਉਹ ਸਾਰਾ ਅਸੀਂ ਉਹਨੂੰ ਕਰਕੇ ਤਾਂ ਫਿਰ ਉਹ ਜੀ ਜਿਸ ਤਰੀਕੇ ਨਾਲ ਕੈਟਰਿੰਗ ਦੀ ਗੱਲ ਕਰ ਲਈਏ ਕਿਸੇ ਜਗ੍ਹਾ 'ਤੇ ਮਿਠਾਈ ਪਕਾਉਣ ਦੀ ਗੱਲ ਕਰ ਲਈਏ ਇਹਨਾਂ ਦੇ ਵੀਰ ਆ ਜਿਹੜੇ ਬਾਹਰੋਂ ਔਰ ਬਹੁਤ ਦੂਰ ਦੂਰ ਤੋਂ ਲੋਕ ਤੁਹਾਡੇ ਨਾਲ 10-15 ਸਾਲਾਂ ਜੁੜੇ ਆ ਵਿਆਹ ਹੁਣ ਉਹਨਾਂ ਨੇ ਕਹਿਣਾ ਵੀ ਲਾਜਪੁਰ ਨੂੰ ਕਹਿ ਦਿਓ ਚਾਹੇ ਉਹ ਪਿੱਛੇ ਦੂਸਰੀ ਮਠਿਆਈ ਆ ਚਾਹੇ ਮਿੱਠੇ ਵਾਲਾ ਕੰਮ ਆ ਚਾਹੇ ਨਮਕੀਨ ਵਾਲਾ ਕੰਮ ਆ ਉਹ ਕਹਿੰਦੇ ਆਪੇ ਟੈਂਸ਼ਨ ਲੈ ਲਊਗਾ ਕਿਵੇਂ ਫਿਰ ਹੁਣ ਤੱਕ ਵੀ ਇੰਨੀ ਟੈਂਸ਼ਨ ਕਿਵੇਂ ਖਾ ਰਹੇ ਹੋ ਕਿਵੇਂ ਉਹ ਬੰਦੇ ਨੂੰ ਜੋਨ 'ਚ ਲੈ ਜਾਂਦੇ ਹੋ ਔਰ ਉਹਨਾਂ ਦਾ ਸਿਰਫ ਉਹਨਾਂ ਨੇ ਆਪਣੀ ਕੌਮ ਨੂੰ ਦੇਖਣਾ ਬਾਕੀ ਸਾਰਾ ਕੁਝ ਜ਼ਿੰਮੇਵਾਰੀ ਜਿਹੜੀ ਆ ਲਾਜਪੁਰ ਦੀ ਬਸ ਗਾਹਕ ਦੀ ਡਿਮਾਂਡ ਜਿਹੜੀ ਹੁੰਦੀ ਹੈ ਅਸੀਂ ਪੂਰੀ ਕਰਦੇ ਹਾਂ ਗਾਹਕ ਦਾ ਗਾਹਕ ਕਹਿੰਦਾ ਵੀ ਮੈਂ ਇੰਨੇ ਪੈਸੇ ਖਰਚਣੇ ਆ ਮੈਨੂੰ ਇੰਨੇ ਹਿਸਾਬ ਨਾਲ ਮਠਿਆਈ ਦਾ ਡੱਬਾ ਚਾਹੀਦਾ ਜਾਂ ਮਠਿਆਈ ਚਾਹੀਦੀ ਹੈ ਮੇਰੇ ਬੇਟੇ ਜਾਂ ਕੋਈ ਫੰਕਸ਼ਨ ਹੈ ਜਾਂ ਕੋਈ ਆਪਣਾ ਬੱਚੇ ਦਾ ਜਨਮ ਦਿਨ ਹੈ ਇੱਦਾਂ ਦੀ ਨਵੀਆਂ ਜਿਹੜੀ ਹੈਗੀ ਹੈ ਬਸ ਕਸਟਮਰ ਸਾਨੂੰ ਦੱਸਦਾ ਹੈ ਸਾਡੇ ਕੋਲੋਂ ਯਾਨੀ ਕਿ ਪੰਜਾਬ ਤੋਂ ਇਲਾਵਾ ਕਹਿ ਲਓ ਦਿੱਲੀ ਬੰਬੇ ਹੈਦਰਾਬਾਦ ਲਖਨਊ ਯਾਨੀ ਕਿ ਇੱਦਾਂ ਦੇ ਮਾਲ ਸਾਡਾ ਯਾਨੀ ਚੰਦ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੀਆਂ ਉੱਥੇ ਬਹੁਤ ਜਾ ਰਹੀਆਂ ਯਾਨੀ ਲੋਕ ਸਾਨੂੰ ਫੋਨ ਕਰਦੇ ਨੇ ਔਨਲਾਈਨ ਮਾਲ ਕੋਰੀਅਰ ਕਰਾ ਦਿੰਦੇ ਹਾਂ ਚਲਾ ਵੀ ਹੋ ਗਈ ਕਾਜੂ ਸਾਡੀ ਯਾਨੀ ਉਹ ਸੀਜ਼ਨ ਗੱਚਕ ਦਾ ਆ ਜਾਣਾ ਗੱਚਕ ਹੋ ਗਈ ਇਹ ਚੀਜ਼ਾਂ ਅਸੀਂ ਗੱਲ ਬਾਹਰ ਵੱਧ ਰਹੀ ਹਾਂ ਮੈਂ ਲਾਲ ਪੁਰੀ ਤੋਂ ਕਾਫੀ ਟਾਈਮ ਤੋਂ ਸਵੀਟਸ ਲੈ ਰਿਹਾ ਔਰ ਮੈਂ ਪਟਿਆਲੇ ਤੋਂ ਬਿਲੋਂਗ ਕਰਦਾ ਡੇਲੀ ਆਰਡਰ ਕਰਦਾ ਹੈ ਲੁਧਿਆਣਾ ਪਟਿਆਲਾ ਲੇਕਿਨ ਸਪੈਸ਼ਲ ਮੈਂ ਜਿੰਨੀ ਮਠਿਆਈ ਸਵੀਟਸ ਬਿਸਕਿਟ ਵਗੈਰਾ ਨਮਕੀਨ ਹੋਏ ਸਭ ਇਹਨਾਂ ਕੋਲ ਲੈ ਕੇ ਜਾਂਦਾ ਕਿਉਂਕਿ ਮੈਂ ਸ਼ੌਕ ਲਾ ਕੇ ਸਭ ਤੋਂ ਉੱਥੇ ਲਾ ਕੇ ਮਠਿਆਈ ਔਰ ਬਿਸਕਿਟ ਹੋਏ ਸਵੀਟਸ ਸਭ ਇੱਥੋਂ ਲੈ ਕੇ ਜਾਂਦਾ ਜਦਕਿ ਸਾਡੇ ਪਕੌੜੇ ਵੀ ਬਹੁਤ ਅੱਛੇ ਅੱਛੇ ਹੈਗੇ ਪਰ ਇਹਨਾਂ ਵਰਗੀ ਕੁਆਲਿਟੀ ਜਿਹੜੀ ਹੈ ਨਾ ਬਹੁਤ ਘੱਟ ਹੈਗੀ ਹੈ ਬਹੁਤ ਅੱਛੀ ਜਾਤੀ ਬਣਾਉਂਦੇ ਹਾਂ ਅਤੇ ਕਾਫੀ ਅੱਛਾ ਹੈਗਾ ਸਮਾਨ ਲੈਣ ਲੱਗਾ ਜਿਹੜੀ ਮਰਜ਼ੀ ਚੀਜ਼ ਲੈ ਲਓ ਬਹੁਤ ਅੱਛੀ ਬਣਾਉਂਦੀ ਬਾਕੀ ਆਪਣੀ ਦੁਨੀਆ ਆਪਣੇ ਵੀ ਹੈਗੀ ਆ ਜਿੰਨਾ ਮਾਲ ਅਸੀਂ ਉਹਨਾਂ ਕੋਲ ਕੋਈ ਵੀ ਲੈਣੇ ਆਈਟਮ ਜਿਸ ਕੋਲ ਲੈ ਲਓ ਮੂਵੀ ਲੈ ਲਓ ਬਹੁਤ ਅੱਛੀ ਬਣਾਉਂਦੀ ਤੁਸੀਂ ਲੈ ਲਓ ਸਵੀਟਸ ਦਾ ਹਰ ਮੈਰਿਜ ਸਾਡੀ ਨਾਲ ਸਹੀ ਹੋ ਜਾਂਦੀ ਹੈ ਓਕੇ मुझे लगता है कोई ऐसी स्वीडिश नहीं है जो यहाँ हमें अच्छी नहीं लगती पहले इनका स्वीडिश था उसके बाद जो क्वालिटी वाइज एंड आई थिंक रीजनेबली हमें मिल जाती है एट वेरी गुड प्राइस एंड गुड टेस्ट एज वेल तो ओवरऑल मुझे लगता है कि दिस इज अ वेरी नाइस प्लेस टू हैव स्वीट्स एज वेल एज एनी स्नैक दैट वुड लाइक इट ओवरऑल आई विल रेट 10 out of 10 फॉर दिस बहुत बढ़िया बहुत बढ़िया ਹਾਂਜੀ ਹਾਂਜੀ ਫੋਰ ਹਾਊ ਮੈਨੀ ਟਾਈਮ ਯੂ ਹੈਵ ਕਮ ਹੇਅਰ ਆਈ ਹੈਵ ਕਮ ਹੇਅਰ ਸੋ ਮੈਨੀ ਟਾਈਮ ਠੀਕ ਹੈ ਆਈ ਲਾਈਕ ਵੈਰੀ ਮਚ ਕਹਾਂ ਸੇ ਆਪ ਮੈਂ ਡੁਗਰੀ ਦਾ ਆਇਆ ਡੁਗਰੀ ਤੋਂ ਆਇਆ ਪੰਜਾਬੀ ਲਿਖਿਆ ਹਾਂ ਹਾਂ ਬਿਲਕੁਲ ਮੈਂ ਡੁਗਰੀ ਤੋਂ ਆਇਆ ਸਰ
बहुत बढ़िया सर, बहुत बढ़िया, इन्होंने बहुत क्वालिटी है और बहुत अच्छा है और प्योरिटी बहुत है। फेस्टिवल सीजन है, बहुत टेस्टी है, गुड है और मीठा नमकीन ज़्यादा पावे खाने। अभी तो सर शुगर फ्री तो राइट है, जैसे जिन्होंने मेडिसिन खानी होती है उनके लिए शुगर फ्री तो वेरी वेरी बहुत टेस्टी स्वीट्स है यहाँ पर, अच्छा लगता है एवरी टाइम वी कम हियर फॉर द स्वीट्स। थैंक यू। कहाँ से हैं आप? लुधियाना से हैं। हाइजीनिक है, फर्स्ट ऑफ ऑल टेस्ट अच्छा है, वराइटी है। बहुत अच्छा एक्सपीरियंस है, फेस्टिव वाइब्स आ रही हैं हर जगह, इतने भी पैकिंग बहुत ही फेस्टिव वाइब्स शुरू हो गई है, पता लगा दिवाली का कौन सा हो गया और टेस्ट के साथ भी और क्वालिटी के साथ दोनों चीज़ें ਕਿੰਨੀ ਦੇਰ ਹੋ ਗਈ ਮੈਡਮ ਤੁਹਾਨੂੰ, ਮਤਲਬ ਏਦਾਂ ਏਦਾਂ ਇੰਜੋਏ ਕੀਤੇ ਨੂੰ, ਮਤਲਬ ਜਿੱਦਾਂ ਤੁਸੀਂ ਅੱਜ ਕਰ ਰਹੇ ਕਾਫੀ ਕਾਫੀ ਲੰਬੇ ਸਮੇਂ ਬਾਅਦ ਏਦਾਂ।